ਇਹ ਸੀਸੀਟੀਵੀ ਤਸਵੀਰਾਂ ਇੱਕ ਘਰ ਦੀਆਂ ਨੇ ਤੇ ਘਰ ਦੇ ਕੈਮਰੇ ਦੇ ਵਿੱਚ ਨਿਹੰਗ ਸਿੰਘ ਕੈਦ ਹੋਏ ਨੇ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਰਹੇ ਨੇ ਔਰ ਇਹਨਾਂ ਦੇ ਵੱਲੋਂ ਸ਼ਰੇਆਮ ਘਰ ਦੇ ਵਿੱਚ ਵੜ ਕੇ ਆਪਣੇ ਮਾਤਾ ਪਿਤਾ ਦੇ ਨਾਲ ਕੁੱਟਮਾਰ ਕੀਤੀ ਗਈ। ਇਹ ਨਿਹੰਗ ਸਿੰਘ ਬਜ਼ੁਰਗ ਮਾਤਾ ਪਿਤਾ ਦਾ ਪੁੱਤਰ ਹੈ ਜਿਸ ਦੇ ਵੱਲੋਂ ਆਪਣੇ ਮਾਪਿਆਂ ਤੇ ਹੀ ਹੱਥ ਚੁੱਕਿਆ ਗਿਆ, ਭਾਰੀ ਚੀਜ਼ ਦੇ ਨਾਲ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਘਰ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਕਰਤੂਤ ਕੈਦ ਹੋਈ ਹੈ, ਕਿਸ ਤਰੀਕੇ ਦੇ ਨਾਲ ਬਜ਼ੁਰਗ ਮਾਂ ਪਿਓ ਤੇ ਤਸ਼ੱਦਦ ਕਰਦੇ ਨਜ਼ਰ ਆ ਰਹੇ ਨੇ। ਦੱਸਦੇ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਲਵਪ੍ਰੀਤ ਸਿੰਘ ਹੈ ਜਿਸ ਦੇ ਵੱਲੋਂ ਭਾਰੀ ਚੀਜ਼ ਦੇ ਨਾਲ ਆਪਣੇ ਮਾਤਾ ਪਿਤਾ ਤੇ ਹਮਲਾ ਕੀਤਾ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਿਓ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਤਾਂ ਇਹ ਨਿਹੰਗ ਸਿੰਘ ਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਬੁਰੇ ਤਰੀਕੇ ਨਾਲ ਮਾਤਾ ਪਿਤਾ ਇਸ ਨਿਹੰਗ ਸਿੰਘ ਦੇ ਵੱਲੋਂ ਕੁੱਟੇ ਗਏ ਨੇ। ਖਾਸ ਗੱਲ ਇਹ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਦਾ ਸਾਥੀ ਰਿਹਾ ਹੈ, ਉਸਦੇ ਨਾਲ ਫੋਟੋਆਂ ਵੀ ਸਾਹਮਣੇ ਆਈਆਂ ਨੇ। ਤਾਂ ਇਸ ਨਿਹੰਗ ਸਿੰਘ ਦੇ ਵੱਲੋਂ ਮਾਪਿਆਂ ਤੋਂ ਪੈਸੇ ਮੰਗੇ ਗਏ, ਇੱਥੋਂ ਤੱਕ ਕਿ ਜ਼ਮੀਨ ਜਾਇਦਾਦ ਹੜੱਪਣ ਦੇ ਲਈ ਧਮਕੀਆਂ ਦਿੱਤੀਆਂ ਗਈਆਂ। ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਗੋਗਿਆਣੀ ਦੀਆਂ ਨੇ। ਪੁੱਤ ਲਵਪ੍ਰੀਤ ਸਿੰਘ ਜੋ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਜ਼ਰ ਆ ਰਿਹਾ, ਉਸਦੇ ਹੋਰ ਸਾਥੀ ਵੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ, ਜਿਨ੍ਹਾਂ ਨੇ ਘਰ ਦੇ ਵਿੱਚ ਵੜ ਕੇ ਆਪਣੇ ਮਾਤਾ ਪਿਤਾ ਦੇ ਨਾਲ ਬੁਰਾ ਸਲੂਕ ਕੀਤਾ ਗਿਆ, ਉਹਨਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਘਰੇ ਦਾਖਲ ਹੋਏ ਤਾਂ ਮਾਤਾ ਦੇ ਵੱਲੋਂ ਇਹਨਾਂ ਨੂੰ ਪਾਣੀ ਪਿਲਾਇਆ ਗਿਆ। ਫਿਰ ਜਦੋਂ ਇਹਨਾਂ ਦੀਆਂ ਧਮਕੀਆਂ ਸ਼ੁਰੂ ਹੋਈਆਂ ਤਾਂ ਪਿਤਾ ਦੇ ਵੱਲੋਂ ਵਿਰੋਧ ਕੀਤਾ ਗਿਆ। ਤਾਂ ਫਿਰ ਘਰ ਦੇ ਬਾਹਰ ਵਿਹੜੇ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਮਾਤਾ ਪਿਤਾ ਤੇ ਹਮਲਾ ਕੀਤਾ। ਸਾਰਾ ਜ਼ਮੀਨ ਜਾਇਦਾਦ ਦਾ ਰੌਲਾ ਹੈ ਔਰ ਮਾਪਿਆਂ ਦੇ ਵੱਲੋਂ ਇਹ ਆਪਣਾ ਪੁੱਤ ਬੇਦਖਲ ਵੀ ਕੀਤਾ ਹੋਇਆ, ਬਾਵਜੂਦ ਇਸ ਦੇ ਘਰ ਦੇ ਵਿੱਚ ਆ ਕੇ ਸ਼ਰੇਆਮ ਆਪਣੇ ਮਾਪਿਆਂ ਨੂੰ ਕੁੱਟਿਆ ਗਿਆ। ਸੋ ਇਹ ਅੰਮ੍ਰਿਤਪਾਲ ਸਿੰਘ ਦੇ ਨਾਲ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ। ਪੀੜਤ ਮਾਪਿਆਂ ਦੇ ਵੱਲੋਂ ਗੁਹਾਰ ਲਗਾਈ ਗਈ ਕਿ ਉਹਨਾਂ ਦੇ ਪੁੱਤ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਕਿਉਂਕਿ ਉਹ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ। ਤਾਂ ਦੱਸਦੀਏ ਕਿ ਨਿਹੰਗ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਸਾਥੀ ਰਿਹਾ ਹੈ, ਉਸਦੇ ਨਾਲ ਫੋਟੋਆਂ ਵੀ ਸਾਹਮਣੇ ਆਈਆਂ ਨੇ, ਆਪਣੇ ਮਾਪਿਆਂ ਨੂੰ ਘਰ ਦੇ ਵਿੱਚ ਵੜ ਕੇ ਇਸ ਦੇ ਵੱਲੋਂ ਸ਼ਰੇਆਮ ਕੁੱਟਿਆ ਗਿਆ। ਕੀ ਕਰੀਏ ਜੇ ਸੱਟ ਤੇ ਮਾਰ ਕੇ ਸੱਟ ਗਿਆ ਜਵਾਨ। ਕਿਸ ਤਰ੍ਹਾਂ ਦੇ ਸਵਾਲ ਕੀ ਦੱਸੀ ਹੁਣ ਇਹਨੇ ਤੁਹਾਡਾ ਮਿੱਟੀ ਪਲੀਤ ਕਰਤੀ ਜੋ ਹੈ ਕੁੱਟਮਾਰ ਕਰ ਜਾਂਦਾ ਮੋਟਰਸਾਈਕਲ ਬੂਹੇ ਲੈ ਗਿਆ, ਮੋਬਾਈਲ ਲੈ ਗਿਆ, ਗੋਲੀ ਸਾਡੀ ਕੁੱਟਮਾਰ ਬੂਰ ਕੀਤੀ ਇਦਮ ਪਾਲ ਲਾ ਕੇ ਪੈਂਦੇ ਨੇ ਤੇ ਮਾਪਿਓ ਦੀ ਬਹੁਤ ਬੁਰੀ ਕੀਤੀ ਸਾਡੇ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ। ਹਾਂਜੀ ਕੋਈ ਤੁਰਿਆ ਨਹੀਂ ਜਾਂਦਾ ਜੀ, ਨਾ ਰੋਟੀ ਖਾਣ ਨੂੰ ਜਿੱਤ ਕਰਦਾ ਨਾ ਚਾਹ ਪੀਣ ਨੂੰ। ਨਾ ਕਿਸ ਤਰ੍ਹਾਂ ਦੇ ਇਹਦੇ ਸਬੰਧ ਕੀ ਦੱਸੀ ਹੁਣ ਸਬੰਧ ਇਹਦੇ ਜੀ ਜਿਹੜੀ ਸਾਡੇ ਨਾਲ ਕਰ ਗਿਆ ਉਹ ਅੰਮ੍ਰਿਤਪਾਲ ਨਾਲ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਉਹਦੇ ਨਾਲ ਬਹੁਤ ਜ਼ਿਆਦਾ ਸੰਬੰਧ ਸੀ। ਉਹਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਤੁਹਾਡੇ ਨਾਲ। ਇੱਕ ਮਹਿਰੋਂ ਦਾ ਅੰਮ੍ਰਿਤਪਾਲ ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ।
ਲਿਆ ਕੇ ਉਹ ਵੀ ਸਾਨੂੰ ਦੁੱਕ ਕੇ ਮਾਰਦਾ ਰਿਹਾ ਅੰਮ੍ਰਿਤਪਾਲ। ਹਾਂਜੀ ਹਜੇ ਵੀ ਹੁਣ ਦੁੱਕ ਕੇ ਮਾਰਦਾ, ਕਹਿੰਦਾ ਮੈਂ ਮਾਰ ਦੇਣੇ ਆ, ਮਾਰ ਕੇ ਜਾਣਾ ਤੁਹਾਨੂੰ। ਕੀ ਵਜ੍ਹਾ ਜਿਹੜੀ ਮਾਰ ਕੇ ਇੰਨੀ ਪਸੰਦ? ਬਸ ਨਸ਼ੇ ਦੇ ਵੇਲੇ ਲੋਰ 'ਚ ਹੀ ਕਹੀ ਜਾਂਦਾ ਸਾਰਾ ਕੁਛ। ਪੈਸੇ ਮੰਗਦਾ ਜੀ, ਘਰ ਛੱਡ ਕੇ ਚਲੇ ਜਾਓ ਤੁਸੀਂ ਤੇ ਬਸ ਆਪਣਾ ਮੈਂ ਰਹੂੰਗਾ ਇੱਥੇ। ਇਹ ਤਾਂ ਬੇਦਖਲ ਕੀਤਾ ਜੀ। ਫਿਰ ਵੀ ਆ ਗਿਆ? ਹਾਂ ਫਿਰ ਵੀ ਕਿੱਦਾਂ ਆਉਂਦਾ, ਵੇਖ ਕੇ ਆਉਂਦਾ ਜੀ। ਸਾਡੀ ਮੰਗ ਲੈਂਦੇ ਹੋ, ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ, ਪੂਰੀ ਕਾਰਵਾਈ ਕਰੇ ਉੱਥੇ। ਤੁਹਾਡੇ ਘਰੇ ਆ ਗਏ ਹਮਲਾ ਕੀਤਾ? ਹਾਂਜੀ ਹਾਂਜੀ ਘਰੇ ਆ ਗਏ ਜੀ। ਕੈਮਰੇ 'ਚ ਕੈਦ ਸੀ? ਕੈਮਰੇ 'ਚ ਆ, ਕੈਮਰੇ 'ਚ ਕੈਦ ਕੀਤਾ ਹੋਇਆ ਜੀ ਸਾਰਾ। ਕੋਈ ਕੈਮਰੇ ਕਰਕੇ ਅਸੀਂ ਬਚ ਗਏ, ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ। ਕਿੰਨੇ ਕੁ ਜਣੇ ਆਏ? ਪੰਜ ਜਾਣੇ, ਪੰਜ ਛੇ ਜਾਣੇ, ਛੇ ਜਾਣੇ ਸੀ ਸਾਰੇ। ਨਹੀਂ ਤਿੰਨ, ਦੋਵਾਂ ਦੇ ਬਾਣੇ ਪਾਏ ਸੀ ਤਿੰਨਾਂ ਦੇ, ਅਤੇ ਦੋ ਦੋ ਤਿੰਨ ਉਵੇਂ ਸੀ ਦੂਜੇ ਸਾਦੇ ਕੱਪੜਿਆਂ 'ਚ, ਮੂੰਹ ਲਵੇਟੇ ਸੀ ਉਹਨਾਂ ਦੇ। ਹਾਂਜੀ ਬਾਣੇ 'ਚ ਆਏ ਜੀ। ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ, ਜਿਹੜੀ ਇਹ ਬੰਦੇ ਉਹਨਾਂ 'ਤੇ ਕਾਰਵਾਈ ਸਾਰਿਆਂ 'ਤੇ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਸ਼ਰਿਆਮ ਜੀ, ਹਜੇ ਵੀ ਧਮਕੀਆਂ ਦਿੰਦਾ ਜੀ, ਹਜੇ ਵੀ ਬਹੁਤ ਜ਼ਿਆਦਾ ਹੁਣ ਧਮਕੀਆਂ, ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂ ਗੇ, ਪੁਲਿਸ ਮੁਲਾਜ਼ਮਾਂ ਨੂੰ ਵੀ ਆਈ ਜਾਂਦੇ, ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ। ਇਹਨੂੰ ਅਸੀਂ ਪੜ੍ਹਾ ਕੇ ਅਤੇ ਭੇਜਿਆ ਸੀ ਕਨੇਡਾ, ਇਹ ਕਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ। ਵਾਪਸ ਆ ਕੇ ਇੰਨਾ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ, ਅਸੀਂ ਆਸਟ੍ਰੇਲੀਆ ਚੜ੍ਹ ਗਏ, ਅਸੀਂ ਸਾਲ ਭਰ ਇੱਕ ਆਸਟ੍ਰੇਲੀਆ ਲਾਏ। ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅੰਮ੍ਰਿਤਪਾਲ ਮਹਿਰੋ ਦੇ ਨਾਲੇ ਦੇ ਸੰਬੰਧ ਬਣ ਗਏ, ਅਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ 'ਤੇ ਚੜ੍ਹਾ ਜਾਇਆ ਕਰੇ, ਕਦੇ ਘਰੇ ਆ ਜਾਇਆ ਕਰੇ। ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ, ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡ ਲਾ, ਜਿਹੜਾ ਕੁਛ ਬਹਿ ਕੇ ਵੰਡਣਾ, ਇੱਦਾਂ ਮੈਂ ਤਾਂ ਲੜਾਈ ਚੰਗੀ ਨਾ ਸੀ। ਇਹ ਕਹਿੰਦਾ ਮੈਂ ਤਾਂ ਨੈਤੀ ਲੜਾਈ ਰੱਖਣੀ, ਮੈਂ ਤੁਹਾਡਾ ਭੜੇਪਾ ਰੋਲਣ ਵਾਸਤੇ, ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ, ਮੈਂ ਨਹੀਂ ਡੱਕਾ ਕਰਨਾ, ਠੀਕ ਹੈ। ਮੈਂ ਵਾਪਸ, ਫਿਰ ਕਹਿੰਦਾ ਮੈਂ ਵਾਪਸ ਕਨੇਡਾ ਜਾਣਾ, ਮੈਂ ਫਿਰ 2.5 ਲੱਖ ਲਾ ਕੇ ਵਾਪਸ ਕਨੇਡਾ ਦੀ ਫਾਈਲ ਲਾਈ। ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ, ਮੈਂ ਤਾਂ ਬਾਣਾ ਪਾਲਿਆ, ਮੈਂ ਤਾਂ ਨਿਹੰਗ ਬਣ ਜਾਣਾ, ਮੈਂ ਤਾਂ ਇੱਥੇ ਨਿਹੰਗ ਵਸਾਉਣੇ, ਮੈਂ ਤੁਹਾਨੂੰ ਵਸਣ ਨਹੀਂ ਦੇਣਾ। ਇਹ ਡੇਲੀ ਦਾ ਇਹਦਾ ਕੰਮ ਚੱਲਦਾ ਸੀਗਾ, ਠੀਕ ਹੈ। ਇਸ ਤਰ੍ਹਾਂ ਲੜ ਕੇ ਘਰੋਂ ਚਲਾ ਜਾਂਦਾ ਸੀ, ਫਿਰ ਆ ਜਾਂਦਾ ਸੀ, ਫਿਰ ਲੜ ਕੇ ਚਲਾ ਜਾਂਦਾ ਸੀ, ਦਿੱਲੀ ਦਾ ਕੰਮ ਸੀਗਾ। ਫਿਰ ਇਹ ਅੰਮ੍ਰਿਤਪਾਲ ਨੂੰ ਲੈ ਕੇ ਆਇਆ, ਕਹਿੰਦਾ ਕਿ ਮੈਨੂੰ ਬੇਦਖਲ ਕਰ ਦਿਉ, ਮੈਂ ਤਾਂ ਇਹਨਾਂ ਨਿੰਗਾ ਸਾ ਕਰਾਉਣਾ ਵਾਂ। ਅਸੀਂ ਨਹੀਂ ਕੀਤਾ ਬੇਦਖਲ, 2-3 ਮਹੀਨੇ ਦਾ ਚੱਲਦਾ। ਫਿਰ 2-3 ਵਾਰੀ ਅੰਮ੍ਰਿਤਪਾਲ ਨੂੰ ਲੈ ਕੇ ਮੇਰੇ ਆੜ੍ਹਤੀਏ ਕੋਲੇ ਗਿਆ, ਸਰਪੰਚ ਕੋਲੇ ਗਿਆ, ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ। ਫਿਰ ਅਸੀਂ ਬੇਦਖਲ ਕਰਤਾ, ਜਦੋਂ ਅਸੀਂ ਬੇਦਖਲ ਕਰਤਾ ਫਿਰ ਇਹ ਘਰੋਂ ਚਲਾ ਗਿਆ। ਫਿਰ ਇਹਨੇ ਆਪਦੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ, ਉਹਦੇ ਸਿਰ ਦੇ ਵਿੱਚ 123 ਟਾਂਕੇ ਲੱਗੇ, ਉਹ ਅਸੀਂ ਮਸਾਂ ਬਚਾਇਆ, ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ, ਕਰਦਾ ਕੋਈ ਗੱਲ ਨਹੀਂ, ਠੀਕ ਹੈ। ਪਰ ਇਹ ਨਹੀਂ ਸੁਧਰਿਆ, ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ, 5-6 ਜਣੇ ਸਾਨੂੰ ਅੱਗੇ ਵੀ ਬਹੁਤ ਧਮਕੀਆਂ ਦਿੱਤੀਆਂ। ਮੈਂ 2023 ਦੇ ਵਿੱਚ ਘੱਟ ਤੋਂ ਘੱਟ DIG ਦੇ SSP ਦੇ 20 ਦਰਖਾਸਤਾਂ ਦਿੱਤੀਆਂ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ ਸਗੋਂ ਮੈਨੂੰ DSP ਜੀ ਦਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ, ਠੀਕ ਹੈ। ਜੋ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਠੀਕ ਹੈ, ਪ੍ਰਸ਼ਾਸਨ ਕੁਛ ਨਹੀਂ ਕਰ ਰਹੀ। ਹੁਣ ਵੀ ਤਾਂ ਹਫ਼ਤਾ ਹੋ ਗਿਆ, ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। ਕਿਸ ਤਰ੍ਹਾਂ ਦੇ ਸੰਬੰਧ ਨੇ ਉਹਨਾਂ ਨਾਲ, ਕੋਈ ਹੋਰ ਵੀ ਹੈਗਾ ਅੰਮ੍ਰਿਤਪਾਲ ਨਾਲ? ਅੰਮ੍ਰਿਤਪਾਲ ਨਾਲ ਵੀ ਸੰਬੰਧ ਇਹਦੇ ਕੀ ਹੈ? ਉਹਨਾਂ ਨਾਲ ਵੀ ਜਾਂਦਾ ਹੁੰਦਾ ਸੀ ਮੈਨੂੰ, ਤੇ ਬਾਣਾ ਪਾ ਕੇ ਹੁਣ ਬਾਣਾ ਤੇ ਨੇ ਹਜੇ 2.5 ਸਾਲ ਹੋਇਆ ਪਾਏ ਨੂੰ, ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ, ਹੁਣ ਹੀ ਪਾਇਆ ਬਾਣਾ। ਬਾਣੇ ਦੇ ਤਾਂ ਇਹ ਦੁਰਦਸ਼ਾ ਕਰ ਰਿਹਾ, ਬਾਣਾ ਪਾ ਕੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ, ਨਾਲੇ ਕਾਹਦੇ ਵਾਸਤੇ ਕੁੱਟਦਾ ਮਾਰਦਾ? ਸਾਨੂੰ ਕੋਈ ਕਮਾਈ ਦਿੱਤੀਆਂ ਨੇ ਕਰਕੇ, ਜਾਂ ਕੋਈ ਕੰਮ ਕਰਦਾ ਸੀ ਘਰੇ? ਨਾ ਕੁਵਾਰਾ, ਵੱਡਾ ਦੂਸਰਾ ਆਸਟ੍ਰੇਲੀਆ, ਨਿੱਕਾ ਵਿਆਹ ਉਹ ਆਸਟ੍ਰੇਲੀਆ। ਹਾਂਜੀ ਨਹੀਂ ਹੋਇਆ,
ਕਿਸ ਤਰ੍ਹਾਂ ਦੀਆਂ ਹਰਕਤਾਂ ਬਸ ਹਰਕਤਾਂ ਤੇ ਬਸ ਕੁੱਟੋ ਮਾਰੋ ਲੁੱਟੋ ਖਾਓ ਲੁੱਟਾਂ ਖੁਆ ਕਰਦਾ ਹੀ ਹੋਗਾ ਜੋ ਸਾਡੇ ਨੂੰ ਲੁੱਟ ਕੇ ਲਗਿਆ ਜਿਹਨੇ ਜਿਹੜੇ ਨਾਲ ਆਏ ਉਹਨੂੰ ਕਿਹਾ ਕਿੰਨੀਆਂ ਕੁ ਲੁੱਟਾਂ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦੇ ਲੋਕਾਂ ਨੂੰ ਕੁੱਟਣ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ 'ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾਂ ਕਰੋ ਕੋਈ ਇੱਕ ਕੱਖ ਛੱਡਦਾ ਨਹੀਂ ਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐਂ ਭੱਜਿਆ ਫਿਰਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਸਰ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨੇ ਕੀਤਾ ਪਿਓ ਤੇ ਪਿਓ ਤੇ ਕਿਹਦੇ ਨਾਲ ਕੀਤਾ ਕੀ ਚੀਜ਼ ਬੇਸ ਬਾਲ ਨਾਲ ਬੇਸਬਾਲਾਂ ਨਾਲ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹ ਤਾਂ ਚਲਾਉਣ ਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰ ਨੂੰ ਭੱਜ ਗਏ ਤਾਂ ਨਹੀਂ ਤਾਂ ਕਿਰਪਾਨਾਂ ਕੱਢੀਆਂ ਫਿਰ ਉਹਨੇ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਆ ਕੇ ਨਹਿੰਗ ਨੇ ਗੇਟ ਖਲਾਇਆ ਕਹਿੰਦਾ ਕਿ ਮੈਂ ਤੇਰੇ ਗੁੱਟ ਵੜ ਦੂੰ ਬੂਹਾ ਖੋਲ ਦੇ ਤੇ ਖੂਨ ਦਾ ਪਿਆਸਾ ਹੀ ਆ ਤਾਂ ਜਦੋਂ ਦਾ ਜੰਮਿਆ ਆਉਂਦਾ ਹੀ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਪੁਲਿਸ ਕਰੇ ਹਾਂਜੀ ਮਤਲਬ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪਏ ਨੇ ਘਰੇ ਬੰਦੇ ਪਾ ਕੇ ਪਏ ਨੇ ਸਾਨੂੰ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਮ ਖੁੱਲ੍ਹਾ ਫਿਰਦਾ ਉਹਨੂੰ ਕਿਹੜਾ ਪੁਲਿਸ ਫੜ ਰਹੀ ਹੈ